ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਦਾ ਸੰਦੇਸ਼ ਦੇਣ ਦੇ ਲਈ ਖੰਨਾ ਵਿੱਚ ਦੇਰ ਰਾਤ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਖੁਦ SSP DSP ਕਰ ਰਹੇ ਹਨ। SSP ਨੇ ਕਿਹਾ ਹੈ ਕਿ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਤੋਂ ਵੋਟਾਂ ਪਾਉਣ ਤੇ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਜਾਵੇ। ਸਰ ਰਾਤ 11:30 ਦਾ ਟਾਈਮ ਹੋ ਰਿਹਾ ਜੀ, ਲੇਟ ਨਾਈਟ ਫਲੈਗ ਮਾਰਚ ਕਰ ਸਕਦੇ ਹੋ, ਉਦੇਸ਼ ਕੀ ਹੈ? ਦੇਖੋ ਸਾਨੂੰ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਮਿੰਗ ਐਤਵਾਰ ਆਪਣੇ ਪੰਜਾਬ ਦੇ ਵਿੱਚ ਪੂਰਾ ਵਿਧਾਨ ਸਭਾ ਚੋਣ ਹੋਣੇ ਵਾਲਾ ਹੈ। ਉਸਕੀ ਪੂਰੀ ਤਿਆਰੀ ਹੈ ਸਾਡੇ ਪੁਲਿਸ ਵੱਲੋਂ। ਉਹਦੀ ਮੱਦੇਨਜ਼ਰ ਪੁਆਇੰਟ ਆਫ ਵਿਊ 'ਤੇ ਅੱਜ ਅਸੀਂ ਸਾਡੇ ਪੁਲਿਸ ਪਾਰਟੀ ਸਾਰੇ ਆਫਿਸਰਸ ਜਿਹੜਾ ਵਲਨਰੇਬਲ ਪਾਕਿਟ ਹੈ, ਸੈਂਸੀਟਿਵ ਏਰੀਆ ਹੈ, ਉਹਦੇ ਕਵਰ ਕਰਨ ਲਈ ਲੇਟ ਰਾਤ ਕੋ ਅਸੀਂ ਚੈਕਿੰਗ ਸ਼ੁਰੂ ਕੀਤੀ ਗਈ। ਅਸੀਂ ਇੱਥੇ ਪਬਲਿਕ ਨੂੰ ਮਿਲੇ, ਉਹਨਾਂ ਦੇ ਨਾਲ ਗੱਲਗਤ ਕੀਤੀ, ਉਹਨਾਂ ਨੂੰ ਅਸੀਂ ਇਹ ਬਤਾਇਆ ਹੈ ਬਿਨਾਂ ਕਿਸੇ ਕਾ ਡਰ ਕਾ ਕੋਈ ਲਾਲਚ ਕਾ ਹੈ, ਉਹ ਆਪਣੇ ਆਪਣੇ ਮੈਂ ਖੁਦ ਅੱਗੇ ਹੋ ਕੇ ਵੋਟਾਂ ਪਾਉਣਾ ਕੇ ਲਈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੂੰ ਅਸੀਂ ਕਾਨਫੀਡੈਂਸ ਬੜਾਇਆ ਹੈ। ਸਾਡੇ ਪੁਲਿਸ ਵੱਲੋਂ ਇਲੈਕਸ਼ਨ ਕੇ ਲਈ ਪੂਰੀ ਤਿਆਰੀ ਹੈ। ਲਗਭਗ ਆਪਣੇ ਕੋਲ 18 ਕੰਪਨੀ ਦੀ ਪੈਰਾਮਿਲਟਰੀ ਫੋਰਸ ਆ ਚੁੱਕੇ ਨੇ। ਇਸਕੇ ਇਲਾਵਾ ਆਪਣੇ ਜ਼ਿਲ੍ਹਾ ਫੋਰਸ ਦੀ ਔਰ ਬਾਹਰ ਸੇ ਵੀ ਫੋਰਸ ਕਰੀਬ ਹਮਾਰਾ ਕੋ ਲਗਭਗ 800,000 ਕੇ ਲਗਭਗ ਆਏ ਨੇ ਆਪਣੇ ਕੋਲ। ਜਿਹੜੇ 3 ਹਲਕਾ ਮੈਂ ਹੋਣਾ ਹੈ ਇਲੈਕਸ਼ਨ, ਉਹਦਾ ਕਿ ਅਸੀਂ ਪੂਰੀ ਤਿਆਰੀ ਕੀਤੀ ਹੋਈ ਨੇ। ਮੈਂ ਪਬਲਿਕ ਨੂੰ ਖੰਨੇ ਸ਼ਹਿਰ ਨਿਵਾਸੀਆਂ ਨੂੰ, ਜ਼ਿਲ੍ਹਾ ਨਿਵਾਸੀਆਂ ਨੂੰ ਮੈਂ ਇਹ ਬੇਨਤੀ ਕਰੂੰਗਾ, ਆਪਾਂ ਪੁਲਿਸ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨ ਕੀ ਤਿਆਰੀ ਹੈ। ਕਿਸੇ ਪਬਲਿਕ ਨੂੰ ਕਿਸੇ ਤਰ੍ਹਾਂ ਕਾ ਵੀ ਕੋਈ ਪ੍ਰੋਬਲਮ ਨਹੀਂ ਆਏਗਾ। ਅਗਰ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ, ਇਮੀਡੀਏਟਲੀ ਸਾਡੇ ਪੁਲਿਸ ਪਾਰਟੀ ਨਾਲ, ਸਾਡੇ ਸੀਨੀਅਰ ਆਫਿਸਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਨੂੰ ਸਾਰੇ ਸੁਰੱਖਿਆ ਕਰਕੇ ਦੇਵਾਂਗੇ, ਆਪਾਂ ਪੀਸਫੁਲ ਇਲੈਕਸ਼ਨ ਕਰਵਾਏਂਗੇ। 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦੇ ਅੰਤਿਮ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੱਡੀਆਂ ਵੱਡੀਆਂ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਦੇ ਹੋਏ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਭਾਜਪਾ ਦੇ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਵੱਲੋਂ ਆਪਣੇ ਹਲਕੇ ਦੇ ਸਮਰਥਕਾਂ ਸਮੇਤ ਸ਼ਹਿਰ ਦੇ ਰਾਮਲੀਲਾ ਗਰਾਊਂਡ ਵਿਖੇ ਇੱਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਸ਼ਹਿਰ ਦੇ ਵਿੱਚ ਪੈਦਲ ਮਾਰਚ ਅਤੇ ਕਰਦੇ ਹੋਏ ਵੋਟਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਲਾਲਪੁਰਾ ਸਾਹਿਬ, ਅੱਜ ਚੋਣ ਪ੍ਰਚਾਰ ਦੀ ਸਮਾਪਤੀ ਹੋਈ ਹੈ, ਕਿਸ ਤਰ੍ਹਾਂ ਜਿਹੜਾ ਅੱਜ ਚੋਣ ਪ੍ਰਚਾਰ ਕੀਤਾ ਗਿਆ ਅਤੇ ਅੱਗੇ ਕੀ ਰੂਪ ਰੇਖਾ ਤਿਆਰ ਕੀਤੀ ਉਹਨਾਂ? ਚੋਣ ਪ੍ਰਚਾਰ ਤਾਂ ਰਵਾਇਤੀ ਢੰਗ ਹੀ ਹੈ, ਮੈਨ ਟੂ ਮੈਨ ਕੰਟੈਕਟ ਕਰਕੇ, ਨੁੱਕੜ ਮੀਟਿੰਗਾਂ ਕਰਕੇ, ਲੋਕਾਂ ਨੂੰ ਆਪਣੀ ਗੱਲ ਦੱਸ ਕੇ, ਉਹਨਾਂ ਦੇ ਸਾਹਮਣੇ ਗੱਲ ਰੱਖ ਕੇ, ਆਪਣੀ ਪਾਰਟੀ ਦੀਆਂ ਨੀਤੀਆਂ ਰੱਖ ਕੇ, ਆਪਣੇ ਪ੍ਰੋਗਰਾਮ ਜਿਹੜੇ ਇਲਾਕੇ ਵਾਸਤੇ ਆ ਉਹ ਲੋਕਾਂ ਦੇ ਨਾਲ ਰੱਖੇ ਗਏ ਆ, ਅਤੇ ਲੱਗਦਾ ਕਿ ਲੋਕ ਸਾਡੇ ਨਾਲ ਹੈ ਔਰ ਮੋਦੀ ਸਾਹਿਬ ਦੀ ਨੀਤੀਆਂ ਨਾਲ ਸਹਿਮਤ ਹੈਗੇ ਆ। ਸੋ ਪੰਜਾਬ ਦਾ ਵਿਕਾਸ ਇਹ ਸਾਡਾ ਏਜੰਡਾ ਹੈ। 75 ਸਾਲਾਂ 'ਚ ਐਜੀਟੇਸ਼ਨ 'ਤੇ ਐਜੀਟੇਸ਼ਨ 'ਤੇ ਐਜੀਟੇਸ਼ਨ 'ਤੇ ਐਜੀਟੇਸ਼ਨ ਕਰਕੇ ਅਸੀਂ ਪੰਜਾਬ ਨੂੰ ਅੱਗ ਲਾ ਰੱਖੀ ਹੈ ਅਤੇ ਉਹ ਬੁਝਾਉਣੀ ਪੈਣੀ ਹੈ। ਉਹਦੇ ਵਾਸਤੇ ਸ਼ਾਂਤੀ ਚਾਹੀਦੀ ਹੈ, ਜਿੱਥੇ ਅਮਨ ਸ਼ਾਂਤੀ ਨਹੀਂ ਉੱਥੇ ਵਿਕਾਸ ਵੀ ਸੰਭਵ ਨਹੀਂ। ਪੰਜਾਬ ਦੇ ਮੁੱਦਿਆਂ ਤੋਂ ਇਲਾਵਾ ਲੋਕਲ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਵੋਟਾਂ ਮੰਗੀਆਂ ਅਤੇ ਕੀ ਅਪੀਲ ਕਰਦੇ ਹੋ ਵੋਟਾਂ? ਦੇਖੋ ਪਹਿਲਾਂ ਸਾਡਾ ਰੋਪੜ ਸਭ ਤੋਂ ਖੂਬਸੂਰਤ ਸ਼ਹਿਰ ਹੈ ਰੂਪਨਗਰ। ਇੱਥੇ ਅਸੀਂ ਟੂਰਿਜ਼ਮ ਡਿਵੈਲਪ ਕਰਨਾ ਚਾਹੁੰਦੇ ਹਾਂ, ਐਜੂਕੇਸ਼ਨ, ਹੈਲਥ, ਇਹ ਹਮੇਸ਼ਾ ਹੀ ਵੱਡੇ ਮੁੱਦੇ ਰਹੇ ਆ। ਸੈਨੀਟੇਸ਼ਨ, ਇਹ ਤਾਂ ਪ੍ਰਾਇਮਰੀ ਰਿਸਪੋਂਸੀਬਿਲਟੀ ਹੈਗੀ ਆਫ ਦਾ ਸਟੇਟ ਕਿ ਲੋਕਾਂ ਨੂੰ ਪ੍ਰੋਵਾਈਡ ਕਰੇ, ਪੀਣ ਵਾਲਾ ਪਾਣੀ ਚੰਗਾ ਦੇਵੇ, ਅਤੇ ਉਹਨਾਂ ਨਾਲ ਆਪਾਂ ਇਹਨੂੰ ਕਰ ਸਕਦੇ ਹਾਂ। ਅਤੇ ਕੀ ਅਪੀਲ ਕਰਦੇ ਹੋ ਵੋਟਰਾਂ ਨੂੰ ਅੰਤ ਦੇ ਵਿੱਚ? ਵੋਟਰਾਂ ਨੂੰ ਅਪੀਲ ਹੈ ਭਾਈ, ਅਸੀਂ ਵਿਕਾਸ ਦੇ ਸਾਥੀ ਹਾਂ, ਵਿਕਾਸ ਦੇ ਰਾਹੀ ਹੈ, ਤੁਸੀਂ ਸਾਡੇ ਕਾਫਲੇ ਦਾ ਹਿੱਸਾ ਬਣੋ ਅਤੇ ਜਿਹੜੇ ਵਿਨਾਸ਼ ਦੇ ਦਾਹੀ ਹੈਗੇ ਆ, ਜਿਨ੍ਹਾਂ ਨੇ ਪੰਜਾਬ ਨੂੰ 75 ਸਾਲ ਤੋਂ ਅੱਗ ਲਾਈ ਹੋਈ ਹੈ, ਉਹਨਾਂ ਨੂੰ ਪਹਿਚਾਣੋ। ਆਪੇ ਹੀ ਅੱਗ ਲਾਉਣ ਵਾਲੇ ਆ ਅਤੇ ਆਪੇ ਹੀ ਉਹਨੂੰ ਹੋਰ ਅੱਗੇ ਭੜਕਾਉਣ ਵਾਲੇ ਆ, ਅਤੇ ਇਹਨਾਂ ਤੋਂ ਇਹਨਾਂ ਦੀ ਪੋਲਿਸੀਆਂ ਬਾਰੇ ਵਿਚਾਰ ਕਰ ਲਓ। ਕਿਸੇ ਵਿਅਕਤੀਗਤ ਮੈਂ ਗੱਲ ਨਹੀਂ ਕਰਦਾ ਕਿ ਦੇਖੋ ਕਿ ਇਹ ਕਿਸ ਪਾਸੇ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਆ ਅਤੇ ਕਿੱਦਾਂ ਝੂਠ ਬੋਲਦੇ ਆ ਕਿ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਫਿਰ ਮਾਫ਼ੀ ਵੀ ਮੰਗ ਲੈਂਦੇ ਆ। ਸੋ ਮੈਂ ਸਮਝਦਾ ਜਿਹੜਾ ਸਾਡੇ ਪੰਜਾਬੀ ਦੀ ਕਹਾਵਤ ਆ ਝੂਠੇ ਦਾ, ਮੈਂ ਸ਼ਬਦ ਨਹੀਂ ਵਰਤਦਾ, ਅਤੇ ਸੱਚ ਦੀ ਜਿਹੜੇ ਹਮੇਸ਼ਾ ਜਿੱਤ ਜਾਂਦੀ।
रूपनगर की खबर होर सामने आ रही है जिथे कांग्रेस पार्टी के उम्मीदवार वरिंदर ढिल्लों ने अपना विशाल इकट्ठ करके शक्ति प्रदर्शन किया। उन्होंने कहा कि वोटर उन्होंने नाल हैं ते जित यकीनी है। उन्होंने कहा कि सरकार आने ते ओ पहल के आधार से मुश्किलों का हल करवाएंगे। चोण प्रचार की समाप्ति हो चुकी है, अब का जो है कि कुछ प्रचार किया तो की अगे रूपरेखा हम प्रचार तो अच खत्म हो गया। तुम देखो असी समय के हिसाब नाल असी बंद कर दिता वा। सो मेरी यही कोशिश आ भी हुण जिहड़ा टाइम आ लोगों नू फोनां दे राही मैसेज राही असी मोटीवेट करिए और जिहड़ी इह जित आ इहनू यकीनी बनाउण दे विच इहनां सारिआं दा साथ लईए। ते हुण जिवें दो दिन रहि गए चोणां नू की मानदे हो किहदे नाल मुकाबला की कुछ नतीजे आउणगे? उही जो पहलों से नतीजे उही जो तुहानू पहलों कहे सी ठोके जितांगे वधिया मार्जन नाल जितांगे। मुद्दे किहड़े लैके चल रहे हो तुसीं भाई जी? तुसीं बार बार उही कहिंदे, मैं तां इही कहूंगा मुद्दे तां हुण 20 तारीख तो बाद तुहानू दस ही देने। दर्शकों ने बड़ी बार सुन लिया, प्रचार खत्म हो गया हुण तो मैं कोई कोना नहीं जिथे छड्या जिथे मैं मुद्दे नहीं दस। अपील यह करदा भी ऐतकी भरा नू जिता दो, ऐतकी कांग्रेस पार्टी नू जिता दो, अपने जिले के मुख्यमंत्री आ और मेरे प्रेस वाले साथियों का भी बहुत धन्यवाद जिन्होंने दिन रात मेहनत की सारिया ने और सारिया ने सानू कवरेज दी। सो मैं हुण यही अपील करदा भी हुण डेढ़ दिन आपां सौणा नहीं, आपां दिन रात जिहड़ी मेहनत की आ डेढ़ दिन की उहदी मेहनत रह गई इहनू सिरे चढ़ा के उस तो बाद ही आपां 5 बजे 20 तरीक तो बाद ही आराम लैणा। चोण प्रचार खत्म हुंदिया ही पुलिस प्रशासन दे वल्लों सख्ती वधाउंदे होए रूपनगर शहर दे विच पुलिस दे वल्लों फ्लैग मार्च किया गया। यह फ्लैग मार्च रूपनगर के बैला चौंक तो DSP R रविंदर पाल सिंह की अगवाई में शुरू होया। फ्लैग मार्च के पंजाब पुलिस पैरामिलिट्री फोर्स और मिलटरी फोर्स के जवान वड्डी गिनती मौजूद रहे। हाँ जी सर, फ्लैग मार्च किया जा रहा की परपज है जी? इलैक्शन मद्देनजर फ्लैग मार्च किए जा रहे कि लोगों के मन के कोई डर भय ना रहे तो लोगों को यह संदेश जाए भी अपनी वोट है जो हक तुम्हें वोट पाने का है बिना किसी डर तो वरतना है। सर चोण प्रचार की हदायत जारी हुई हूँ तो कुछ लागू है? हूँ तो बाद चोण प्रचार बंद हो चुका तो जिहड़ियां वोटां दी हुण जिहड़ी प्रक्रिया ओह कन्वेंशन दी प्रक्रिया सारी खत्म हो गई है। ते सर जिद्दां आम तौर पर सुनिया जांदा कि वोटां दे लास्ट दिनां दे विच नशियां दी जिहड़ी हैगी आ काफ़ी तस्करी हुंदी आ जां खरीदो फरोख्त उहनूं रोकण वास्ते की कुछ प्रबंध? उस ते रोकण वास्ते 24 घंटे नाके लगे आ, गश्तां लगियां ते जेकर कोई गल ध्यान च आउंदी तां सख्ती नाल कार्रवाई की जाती है। की अपील करदे हो वोटरां नूं तां कि अमन मान दी ना दे नाल वोटां पै सकण? मेरी लोकां नूं यही अपील है, प्रशासन वल्लों यही अपील है कि बिना किसी डर तों अपनी वोट दा हक इस्तेमाल करना है। बीते दिन सड़क हादसे में मारे गए कलाकार दीप सिद्धू की याद में रूपनगर में इकट्ठे हुए नौजवानों के वलों कैंडल मार्च कट के श्रद्धांजलि दी गई। कैंडल मार्च दौरान नौजवानों के वलों दीप सिद्धू के हक में नारे लगाए गए ते मांग की गई इस मामले की CBI जांच करवाई जाए क्योंकि नौजवानों ने कहा है कि हादसा नहीं बल्कि किसी साजिश के तहत दीप सिद्धू का कतल किया गया है। हाँ जी, की नाम है ते अज की कुछ कर रहे हो तुसीं? बाई जी मेरा नाम गज्जण सिंह, मैं रोपड़ तो बिलोंग करदा। बाई जी अज जिहड़ा साडा कौमी शहीद बाई दीप सिंह नूं सिद्धू नूं शहीद किया गया है सेंटर दीआं एजेंसियां वल्लों, असीं उहनां दे आत्मक शांति लई ते उहदी बाई दी सोच जिउंदी रखण वास्ते साडे शहर रोपड़ विखे बाई दे शहजाद विच कैंडल मार्च किया मेरे वीर। ਬਾਈ ਜੀ ਦੀਪ ਸਿੱਧੂ ਦੀ ਜੋ ਸ਼ਹਾਦਤ ਹੋਈ ਆ ਉਹਦੀ CBI ਜਾਂਚ ਮੰਗਦੇ ਹਾਂ ਅਤੇ ਪ੍ਰੋਫੈਸਰ ਦਵਿੰਦਰ ਸਪਾਲ ਭੁੱਲਰ ਦੀ ਰਿਹਾਈ ਮੰਗਦੇ ਹਾਂ ਜੋ ਕਿ ਦਿੱਲੀ ਸਰਕਾਰ ਨੇ ਰੋਕੀ ਗਈ ਹੈ। ਮੇਰੇ ਵੀਰ ਜੋ ਸਾਡੇ ਸਿੱਖਾਂ ਨਾਲ ਧੱਕਾ ਕਰ ਰਹੀ ਆ ਸਰਕਾਰ, ਸਾਡੇ ਜੋ ਸਾਡੀ ਕੌਮ ਲਈ ਬੋਲਦਾ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ, ਅਸੀਂ ਕਿੰਨਾ ਚਿਰ ਸਰਕਾਰ ਦੇ ਗੁਲਾਮੀ ਸਹਾਂਗੇ ਮੇਰੇ ਵੀਰ? ਬਾਈ ਜੀ ਉਹਦਾ ਹਾਦਸਾ ਨਹੀਂ ਹੋਇਆ, ਜਿਹੜੀ ਬਾਈ ਦੇ ਸਿਰ 'ਤੇ ਸੱਟ ਲੱਗੀ ਹੈ ਉਹ ਬਹੁਤ ਡੂੰਘੀ ਹੈ ਤੇ ਜੋ ਜਿਹੜੀ ਨਾਲ ਕੁੜੀ ਸੀ ਉਹ ਜ਼ਖਮੀ ਨਹੀਂ ਹੋਈ। ਜਦੋਂ ਵੀ ਕਿਸੇ ਬੰਦੇ ਦਾ ਐਕਸੀਡੈਂਟ ਹੁੰਦਾ ਗੱਡੀ 'ਚ ਵੱਜਦਾ ਹੈ ਤਾਂ ਉਹ ਗੱਡੀ ਪੂਰੀ ਫ੍ਰੈਕਚਰ ਹੋਣ ਦੇ ਨਾਲ ਬਾਈ ਦੇ ਪਸਲੀਆਂ ਵੀ ਟੁੱਟਣੀਆਂ ਚਾਹੀਦੀਆਂ ਸੀ, ਬਾਈ ਦੇ ਹੋਰ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਸੀ ਮੱਥੇ 'ਤੇ। ਬਾਈ ਅਸੀਂ ਸ਼ਹਿਰ ਵਾਸੀਆਂ ਨੂੰ ਬਾਈ ਦੀ ਸੋਚ ਨਾਲ ਜਾਣੂ ਕਰਾਇਆ ਅਤੇ ਅਸੀਂ ਮੰਗ ਕਰਦੇ ਹਾਂ ਕਿ ਬਾਈ ਦੀ CBI ਜਾਂਚ ਕੀਤੀ ਜਾਵੇ ਅਤੇ ਬਾਈ ਦੇ ਜੋ ਵੀ ਕਾਤਲ ਨੇ ਉਹ ਛੇਤੀ ਤੋਂ ਛੇਤੀ ਸਿੱਖ ਕੌਮ ਦੇ ਸਾਹਮਣੇ ਲਿਆਏ ਜਾਣ। ਜ਼ਿਲ੍ਹੇ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਸੀੜਾ 'ਚ ਚੋਣਾਂ ਨੂੰ ਲੈ ਕੇ ਵੋਟਾਂ ਕਹਿੰਦੇ ਸਮੇਂ ਹੋਈ ਲੜਾਈ ਦੌਰਾਨ ਇੱਕ ਨੌਜਵਾਨ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਕਰਮਵੀਰ ਸਿੰਘ ਨਿੱਕੂ ਪੁੱਤਰ ਗੁਰਵੰਤ ਸਿੰਘ ਵਾਸੀ ਸੀੜਾ ਵਜੋਂ ਹੋਈ ਹੈ। ਪੁਲਿਸ ਮਾਂ ਘਟਨਾ ਦੀ ਵੀ ਜਾਂਚ ਕਰ ਰਹੀ ਹੈ ਅਤੇ ਜਾਂਚ ਕਰਨ ਸੰਬੰਧੀ ਉਹਨਾਂ ਦੱਸਿਆ ਕਿ SHO ਘਣੀਏ ਕਿ ਬਾਂਗਰ ਲਖਵਿੰਦਰ ਸਿੰਘ ਨੇ ਕਿਹਾ ਹੈ ਕਿ ਉਕਤ ਘਟਨਾ ਸੰਬੰਧੀ ਜਾਂਚ ਕਰ ਰਹੇ ਹਨ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਕੋਲੋਂ ਬਿਆਨ ਵੀ ਲੈ ਰਹੇ ਹਨ।
उस तो बाद अगली कार्रवाई वो करेंगे। मेरा बेटा है जी। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਗੁਰਵੰਤ ਸਿੰਘ ਜੀ। ਅੱਛਾ, ਤੇ ਕੀ ਇਹ ਕਿਸ ਤਰ੍ਹਾਂ ਸਾਰੀ ਘਟਨਾ ਵਾਪਰੀ ਜੀ? ਅਸੀਂ ਪਿੰਡ 'ਚ ਵੋਟਾਂ ਆਖਣ ਗਏ ਹਾਂ। ਅੱਛਾ, ਪਿੰਡ ਬੰਦੇ ਬਾਬਾ ਵੋਟਾਂ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ? ਆਪਾਂ ਰਾਜਨੀਤਿਕ ਅਕਾਲੀ ਦਲ ਹਾਂ ਜੀ। ਅੱਛਾ, ਤੇ ਅਸੀਂ ਵੋਟਾਂ ਆਖਣ ਗਏ ਹੀ ਨਹੀਂ, ਉਹਦੇ ਖਲੋਤੇ ਹਾਂ ਤੇ ਉਹ ਇੱਕ ਮਜ਼ਹਬੀ ਮੁੰਡਾ ਉਹਨਾਂ ਲੜ ਰਹੇ ਕਿਤੇ ਉਹ ਤੇ ਉਹਨਾਂ ਨੂੰ ਸਾਡੇ ਵੱਲ ਆ ਗਿਆ। ਸਾਨੂੰ ਆਉਂਦੇ ਤੁਸੀਂ ਭੈਣ ਚੋਦੋ ਲਾ ਲਓ, ਜ਼ੋਰ ਲਾ ਲਓ ਤੇ ਇੱਦਾਂ ਹੀ ਗੱਲ ਪੈ ਗਏ। ਕੌਣ ਆਉਂਦੇ? ਆਪਣਾ ਜਤਿੰਦਰਪਾਲ ਸਿੰਘ, ਇੱਕ ਆਪਣਾ ਬਲਵਿੰਦਰ ਸਿੰਘ। ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ? ਉਹ ਕਾਂਗਰਸ ਨਾਲ ਰੱਖਦੇ ਜੀ। ਅੱਛਾ, ਇੱਕ ਉਹਦਾ ਇੱਕ ਮੁੰਡਾ ਉਹਦਾ ਜੀ ਸਰਪੰਚ ਦਾ, ਇੱਕ ਦੂਜੇ ਦਾ ਮੁੰਡਾ ਉਹਦਾ ਦੂਜੇ ਦਾ ਜੀ, ਇੱਕ ਮੁਖਤਾਰ ਸਿੰਘ ਹੈ ਮਜ਼ਹਬੀ ਸਿੰਘ ਅਤੇ ਇੱਕ ਗੁਰਵਿੰਦਰ ਸਿੰਘ ਹੈ, ਇੱਕ ਜਸਵੰਤ ਸਿੰਘ ਹੈ, ਇੱਕ ਤਿੰਨ ਉਹਦੇ ਬੇਟੇ ਆ। ਉਹਨੇ ਕਿਉਂ ਇਸ 'ਤੇ ਹਮਲਾ ਕਿਉਂ ਕੀਤਾ? ਕਿਉਂ ਇਸ ਕੋਈ ਗੱਲ ਹੀ ਨਹੀਂ ਹੋਈ ਜੀ, ਅਸੀਂ ਗੱਲ ਕੋਈ ਕੀਤੀ ਹੋਵੇ ਤਾਂ ਜਾਂ ਹੋਈ ਹੋਵੇ, ਉਹ ਆਪਣੀ ਗੱਡੀ ਲੈਣ ਉੱਥੇ ਗੱਡੀ ਲਾਈ, ਗੱਡੀ ਮੋੜਨ ਲੱਗਾ, ਉਹਨਾਂ ਗੁੱਟੋ ਫੜ ਕੇ ਬਾਹਰ ਕੱਢ ਲਿਆ ਅਤੇ ਉੱਥੇ ਬਾਅਦ ਮਾਰੀ ਗਏ ਨੇ, ਉੱਥੇ ਡਿੱਗੇ ਨੂੰ ਮਾਰੀ ਗਏ, ਉੱਥੇ ਮਾਰਤਾ ਨੇ। ਕਾਹਦੇ ਨਾਲ ਕੀਤਾ ਹਮਲਾ? ਕਿਹੜੀ? ਉਹਨਾਂ ਕੋਲ ਬੈਟ ਬੱਲਾ ਸੀ, ਇੱਕ ਦਾਤਰ ਸੀ ਅਤੇ ਉਹਨਾਂ ਕੋਲ ਛੋਟੇ ਦੂਜੇ ਰਫਟ ਪੋਰ ਜਿਹੇ ਜਿਹੜੇ ਮੋਟੇ ਮੋਟੇ ਡੰਡੇ ਜਿਹੇ ਨੇ, ਉਹ ਸੀਗੇ, ਉਹ ਮਾਰੀ ਗਏ, ਲੰਮੇ ਪਏ ਨੂੰ ਮਾਰੀ ਗਏ, ਲੰਮਾ ਜੋ ਪੈ ਗਿਆ। ਪਹਿਲਾਂ ਵੀ ਕੋਈ ਰੰਜਿਸ਼ ਆ ਗਈ ਸੀ? ਕੋਈ ਰੰਜਿਸ਼ ਨਹੀਂ। ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਰਿਹਾ? ਕਰਮਵੀਰ ਸਿੰਘ ਜੀ। ਉਮਰ ਕਿੰਨੀ ਉਹਨਾਂ ਦੀ? 34 ਸਾਲ। ਪਹਿਲਾਂ ਵੀ ਕੋਈ ਤੁਹਾਡੀ ਰੰਜਿਸ਼ ਆ ਗਈ? ਨਾ ਜੀ, ਰੰਜਿਸ਼ ਕੋਈ ਨਹੀਂ, ਆਪਣਾ ਪਰਿਵਾਰ ਆਪਣਾ ਉਹਦਾ ਚਾਚੇ ਤਾਂ ਵੋਟਾਂ ਨੂੰ ਲੈ ਕੇ ਸਾਰਾ ਵੋਟਾਂ ਦੀ ਗੱਲ ਹੋਈ ਹੈ ਜੀ, ਪਾਰਟੀ ਬਾਜੀ ਨੂੰ। ਪਾਰਟੀ ਬਾਜੀ ਜੀ, ਉਹ ਪਾਰਟੀ ਬਾਜੀ 'ਚ ਹਾਰਦੇ ਸੀ ਅਤੇ ਉਹਨਾਂ ਨੇ ਸਾਨੂੰ ਹਮਲਾ ਕੀਤਾ ਵੀ ਇਹ ਬੰਦੇ ਉਹ ਗਾੜੀ ਲੱਗਦੇ ਨੇ, ਸੱਟ ਪੇਟ ਲਾ ਦੇਣਗੇ। ਸੱਟ ਪੇਟ ਦੇ ਥਾਂ ਉਹ ਪੀਤੀ ਸੀ ਉਹਨਾਂ ਨੇ, ਉਹ ਕੁੱਟੀ ਗਏ, ਉਹਨੂੰ ਵੇਖਿਆ ਹੀ ਨਹੀਂ ਤੇ। ਪਹਿਲਾਂ ਵੀ ਕਦੀ ਹੋਇਆ? ਨਾ ਨਾ, ਪਹਿਲਾਂ ਕੋਈ ਝਗੜਾ ਨਹੀਂ। ਪਿੰਡ ਕਿਹੜਾ ਤੁਹਾਡਾ? ਸੀੜਾ ਜੀ। ਉਹਨਾਂ ਦਾ ਪਿੰਡ ਕਿਹੜਾ? ਉਹਨਾਂ ਦਾ ਸੀੜਾ ਜੀ। ਧੰਨਵਾਦ। ਪਿੰਡ ਸੀੜਾ ਪਤਾ ਲੱਗਾ ਸੀਗਾ ਵੀ ਝਗੜਾ ਹੋਇਆ ਜੀ, ਮੌਕੇ 'ਤੇ ਆਏ ਹਾਂ ਅਤੇ ਪਤਾ ਲੱਗਾ ਸੀ ਬੰਦੇ ਇੰਜਰਡ ਜਿਹੜੇ ਆ ਉੱਥੇ ਦਾਖਲ ਹੋਏ ਨੇ ਫਤਿਹਗੜ੍ਹ ਚੂੜੀਆ ਸਿਵਲ ਹੋਸਪਿਟਲ, ਅਤੇ ਉੱਥੇ ਜਾ ਰਿਹਾ ਜੀ, ਮੌਕੇ 'ਤੇ ਜੋ ਵੀ ਬਿਆਨ ਲਿਖ ਕੇ ਕਾਰਵਾਈ ਵਰਦੀ ਕਰ ਦਿੱਤੀ ਜਾਊਗੀ। ਇਸ ਵਾਰ ਚੋਣਾਂ ਵਿੱਚ ਪਹਿਲੀ ਵਾਰ ਇੱਕ ਵੱਖਰੀ ਚੀਜ਼ ਦੇਖਣ ਨੂੰ ਮਿਲੀ, ਜਿੱਥੇ ਚੋਣ ਕਮਿਸ਼ਨ ਨੇ ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰ ਦਿੱਤਾ ਹੈ ਤੇ ਇਹ ਕੰਮ ਸਾਰੇ ਪੰਜਾਬ ਵਿੱਚ ਕੀਤਾ ਗਿਆ। ਜ਼ਿਕਰ ਹੈ ਕਿ ਇਸ ਵਾਰ ਚੋਣ ਕਮਿਸ਼ਨ ਸਖਤੀ ਦੇ ਰੋਹ ਦੇ ਵਿੱਚ ਹੈ ਤੇ ਸੁਰੱਖਿਆ ਦਾ ਘੇਰੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਪੈਸਾ ਇਲੈਕਸ਼ਨ ਕਮਿਸ਼ਨ ਦੇ ਹੁਕਮਾਂ ਦੇ ਮੁਤਾਬਕ 6 ਵਜੇ ਦਾ ਟਾਈਮ ਸੀਗਾ ਸੀਲ ਕਰਨ ਦਾ, ਉਹਦੇ ਮੁਤਾਬਕ ਅਸੀਂ ਸਾਰੇ ਠੇਕੇ ਸੀਲ ਕਰ ਰਹੇ ਹਾਂ। ਕਿੰਨੇ ਠੇਕੇ ਹੈਗੇ ਜੀ ਇਸ ਗਰੁੱਪ ਦੇ? ਕੋਈ 5 ਠੇਕੇ ਨੇ ਜਿਹੜੇ ਮੈਂ 3 ਬੰਦ ਚੁੱਕਾ, ਸੀਲ ਕਰ ਚੁੱਕਾ, 2 ਕਰਦਾ ਪਿਆ। ਸੀਲ ਕਰਨ ਦਾ ਕੀ ਮਕਸਦ ਹੈ? ਸੀਲ ਮੈਂ ਇਹ ਇਲੈਕਸ਼ਨ ਕਮਿਸ਼ਨ ਦਾ ਹੋਊਗਾ ਮੈਂ ਕਿ ਐਤਵਾਰ ਆਪਣਾ ਇਲੈਕਸ਼ਨ ਵਾਲੇ ਦਿਨ 6 ਵਜੇ ਤੱਕ ਠੇਕੇ ਬੰਦ ਰਹਿਣਗੇ। ਤਾਂ ਉੱਦਾਂ ਵੀ ਬੰਦ ਕੀਤੇ ਜਾ ਸਕਦੇ ਸੀ? ਨਹੀਂ, ਉਹ ਤਾਂ ਸਰਕਾਰ ਦਾ ਹੁਕਮ ਹੈ ਕਿ ਅੱਜ 3 ਦਿਨ ਡਰਾਈ ਡੇ ਆ, ਉਹਦੇ ਕਰਕੇ ਇਹਨਾਂ ਨੇ ਬੰਦ ਕੀਤੇ। ਬੰਦ ਕਰਨ ਦਾ ਬਹਿ ਕੇ ਕੋਈ ਕਰਿੰਦਾ ਉਸਨੂੰ ਚਾਬੀ ਲਾ ਕੇ ਦੁਬਾਰਾ ਉਹਦੇ 'ਚੋਂ ਸ਼ਰਾਬ ਨਾ ਕੱਢ ਸਕੇ। ਅਤੇ ਕਿੰਨੇ ਦਿਨ ਸੀਲ ਲੈਣਗੇ? ਇਹ ਇਲੈਕਸ਼ਨ ਵਾਲੇ ਦਿਨ ਸ਼ਾਮ 5-6 ਵਜੇ ਤੱਕ ਛੇ ਵਜੇ। ਅਗਰ ਕੋਈ ਤੋੜਦਾ ਹੈ ਤਾਂ ਫਿਰ ਕੀ ਕਾਰਵਾਈ ਕੀਤੀ ਜਾਏ? ਉਹਦੇ ਜੋ ਕਾਨੂੰਨੀ ਕਾਰਵਾਈ ਹੋਏਗੀ, ਪਰਚਾ ਹੋਏਗਾ ਉਹਦੇ, ਉਦੋਂ ਅੰਦਰ ਕੀਤਾ ਜਾਏਗਾ ਬੰਦੇ। ਅਤੇ ਕਿੰਨੇ ਕੁ ਠੇਕੇ ਅੰਮ੍ਰਿਤਸਰ 'ਚ ਪੂਰੇ ਹੈਗੇ ਆ? ਟੋਟਲ ਠੇਕੇ ਹੋਣਗੇ ਜੀ ਆਪਣਾ ਕੋਈ ਤਕਰੀਬਨ 150-200 ਠੇਕਾ ਹੈਗਾ ਜੀ ਅੱਜ। ਅਤੇ ਪੂਰੇ ਆਰਡਰ ਸਖਤੀ ਸਾਰੇ ਸਰ, DC ਸਾਹਿਬ ਦਾ ਹੁਕਮ ਨੇ ਕਿ ਕੋਈ ਠੇਕਾ 6 ਵਜੇ ਤੋਂ ਬਾਅਦ ਖੁੱਲ੍ਹਾ ਨਹੀਂ ਹੋਣਾ ਚਾਹੀਦਾ। ਸਖਤੀ ਪੂਰੀ ਕੀਤੀ ਜਾਏ? ਪੂਰੀ। ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਸੱਜਣ ਸਿੰਘ ਚੀਮਾ ਨੇ ਚੋਣ ਕਮਿਸ਼ਨ ਨੂੰ ਇੱਕ ਹਲਫਨਾਮਾ ਦਿੱਤਾ ਜਿਸ ਵਿੱਚ ਉਹਨਾਂ ਨੇ ਆਪਣੇ ਉੱਪਰ ਹੋਏ ਮੁਕੱਦਮਿਆਂ ਦਾ ਵੇਰਵਾ ਸਾਂਝਾ ਕੀਤਾ। ਉਹਨਾਂ ਕਿਹਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ, ਜਦਕਿ ਦੂਜੇ ਮਾਮਲੇ ਪੰਜਾਬ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਖਤਮ ਹੁੰਦੇ ਹੀ ਚੋਣ ਕਮਿਸ਼ਨ ਨੇ ਕਾਂਗਰਸ ਉਮੀਦਵਾਰ ਤੇ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਛੋਟੇ ਭਰਾ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਦੇ ਘਰ ਛਾਪਾ ਮਾਰਿਆ। ਮੋਹਾਲੀ ਦੇ ਰਿਟਰਨਿੰਗ ਅਫਸਰ ਦੀ ਅਗਵਾਈ ਵਿੱਚ ਹੋਈ ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਮੌਕੇ ਉੱਤੇ ਕੁਝ ਵੀ ਬੋਲਣ ਤੋਂ ਮਨਾ ਕਰਦੇ ਰਹੇ। ਪਤਾ ਲੱਗਾ ਹੈ ਕਿ ਜਿਵੇਂ ਹੀ ਟੀਮ ਸਿੱਧੂ ਦੇ ਘਰ ਪਹੁੰਚੀ ਤਾਂ ਕਾਫੀ ਦੇਰ ਤੱਕ ਕੋਠੀ ਦੇ ਗੇਟ ਨਹੀਂ ਖੋਲ੍ਹੇ ਗਏ ਅਤੇ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ਵਿੱਚ ਟੀਮ ਨੂੰ ਕੋਠੀ ਦਾ ਗੇਟ ਖੋਲ੍ਹ ਕੇ ਅੰਦਰ ਜਾਣ ਦਿੱਤਾ ਗਿਆ। ਇਸ ਛਾਪੇਮਾਰੀ ਦੌਰਾਨ ਕੁਝ ਵੀ ਇਤਰਾਅਯੋਗ ਹੱਥ ਨਹੀਂ ਲੱਗਾ ਅਤੇ ਟੀਮ ਨੂੰ ਉੱਥੇ ਕੁਝ ਮਾਸਕ ਜ਼ਰੂਰ ਮਿਲੇ ਹਨ। ਇਸ ਮੌਕੇ ਜਦੋਂ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਾਸਾ ਵੱਟਦੇ ਹੋਏ ਨਜ਼ਰ ਆਏ। ਮੈਨੂੰ ਫੋਨ ਆਇਆ, ਅਸੀਂ ਫੀਲਡ ਦੇ ਵਿੱਚ ਸੀਗੇ, ਫੋਨ ਆਇਆ ਕਿ SDM ਆਫਿਸ ਤੋਂ ਕਿ ਇਸ ਜਗ੍ਹਾ ਪਹੁੰਚ ਜਾਓ, SSP ਆਫਿਸ।
मैं SSP ऑफिस साहब के ऑफिस गया, उत्थे मैनू पता लगा कि मैं DSP साहब कहते भी तुम साढ़े नाल जाना, कितने जाना मैं कुछ नहीं पता। ठीक है, मैं तो बस उस तो बाद आया उन्होंने नाल नाल आया फोर्स के नाल, और ETO साहब ने लीड किया। शिकायत की सी मेरे नॉलेज नहीं सी, जो इतने पहुंचे हैं जो लीड कर लगे है ETO साहब उदो उन्होंने मैं कंप्लेट दिखाई जिदे सी लिखा कि शराब के बारे कंप्लेट सी। मैं उन्होंने फॉलो किया अंदर, अंदर शराब तो नहीं मिली पर कुछ एक आर्टिकल मिले जिहड़े कि मैं उद पेपर च लिख के दसते हैं, वो आर्टिकल बहुत पुराने से जिदा वो दस ही रहे रखड़ी रूप वगैरह के सी। ठीक है जी, बाकी जिहड़े भी चीज़ा बाकी जिहड़ी डिटेल है बाकी इन्वेस्टिगेशन की मिले जी की मिले सर। मैं जो लिखना मैं देखो जो मैं गोपाल राय मेमो बना चोन कमिशन के निर्देशों दी उस समय धज्जियां उड़ियां जदों मुख्यमंत्री पंजाब चरणजीत चन्नी मानसा हलके दे उम्मीदवार सिद्धू मूसेवाला दे हक विच शामी 6 बजे तो बाद भी चोन प्रचार करते रहे। इसकी सूचना आम आदमी पार्टी ने SDM नूं दित्ती। उस तों बाद कार्रवाई करदे होए मुख्यमंत्री चरणजीत चन्नी ने सिद्धू मूसेवाला के खिलाफ 188 तहत मामला दर्ज कर दिता है। बहुत ही वड्डा रुझान हर पासे कांग्रेस पार्टी नूं मिल रहा है। हुण मैं मानसा अज आया इत्थे आउण च लेट हो गया इस करके लोगों नूं मिल नहीं सकिया, उन्हां तों माफ़ी भी चाहुंदा है। मूसेवाला जी मेरे नाल हैगे हैं ते एक बहुत ही होनहार नौजवान है, पर मैं सारे लोगों नूं अपील करांगा कि तुसीं इन्हां नूं चुनो, इन्हां नूं चुनण दे नाल तुसीं मैनूं भी नाल चुन दिओ ते कांग्रेस पार्टी दी सरकार भी आएगी। असीं इन्हां नूं बहुत अगे लिजाणा चाहुंदे हैं। असीं एक बहुत ही होनहार नौजवान पंजाब चों लभिया, वो मानसे वाले नूं दित्ता है। मैंने जो पता लगे उस वक्त ही आया तो मैं आके लोगों को पूछ रहा भी उन्होंने की चोन प्रचार किया या नहीं किया। इन्होंने इन्ना दस उन्होंने गुरुद्वारे मत्था टेकया मंदिर मत्था टेकया वा, पर चोन प्रचार इन्होंने लोग दस रहे भी नहीं किया। उन्होंने साड़ी FST टीम ने वीडियोग्राफी पहला कर रही है सारी, तो वो अभी वीडियो देखा तो वो मुताबिक फिर कार्रवाई की जाऊ। जी FST की रिपोर्ट है वो तो सूँ की लगता भी FST की वीडियो बनाई हुई वो अभी वीडियो वेख के फिर कार्रवाई करा। 7 बजे ਮੈਨੂੰ ਪਤਾ ਲੱਗਿਆ ਕਿ CM ਸਾਹਿਬ ਅਤੇ ਆਪਣਾ ਸਿੱਧੂ ਮੂਸੇਵਾਲੇ ਸਾਹਿਬ ਹਜ਼ਾਰਾਂ ਲੋਕਾਂ ਨੂੰ ਇਕੱਠਾ ਕਰਕੇ 1500 ਬੰਦਿਆਂ ਨੂੰ ਇਕੱਠਾ ਕਰਕੇ ਤਰਵੈਣੀ ਮੰਦਿਰ ਦੇ ਨਜ਼ਦੀਕ ਰੈਲੀ ਦੇ ਰੂਪ 'ਚ ਇੱਕ ਰੈਲੀ ਕਰ ਰਿਹਾ। ਤਾਂ ਮੈਂ ਉੱਥੇ ਗਿਆ, ਉੱਥੇ ਵਾਕਈ CM ਸਾਹਿਬ ਭਾਸ਼ਣ ਦੇ ਰਹੇ ਸੀ ਅਤੇ ਆਪਣਾ ਜੋ ਆਪਣਾ ਸਿੱਧੂ ਮੂਸੇਵਾਲਾ ਉਹਦੇ ਸਾਈਡ 'ਤੇ ਖੜ੍ਹੇ ਸੀ ਅਤੇ ਲਗਭਗ 300-500 ਬੰਦਾ ਉਹ ਭਾਸ਼ਣ ਸੁਣ ਰਿਹਾ ਸੀ। ਮੈਂ ਪੰਜਾਬ ਇਲੈਕਸ਼ਨ ਕਮਿਸ਼ਨ ਤੋਂ ਇਸ ਹੱਥ ਜੁੜ ਕੇ ਬੇਨਤੀ ਕਰਦਾ, ਮੰਗ ਕਰਦਾ ਅੱਜ ਕਿ ਜੇ ਸਾਡੀਆਂ ਗੱਡੀਆਂ ਬੰਦ ਹੋ ਸਕਦੀਆਂ ਨੇ ਸਾਡੇ ਆਮ ਆਦਮੀ ਪਾਰਟੀ ਦਾ ਦਮਨ ਕੀਤਾ ਜਾ ਸਕਦਾ ਹੈ ਤਾਂ ਕਾਨੂੰਨੀ ਰੂਪ ਦੇ ਵਿੱਚ ਇੱਕ ਪਰਚਾ CM ਸਾਹਿਬ ਅਤੇ ਪੰਜਾਬ ਪੁਲਿਸ ਜਿਹੜੇ ਉੱਥੇ ਅਧਿਕਾਰੀ ਸੀਗੇ ਕਰਮਚਾਰੀ ਸੀਗੇ ਉਹਨਾਂ 'ਤੇ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੀ ਮਿਲੀ ਭੁਗਤ ਨਾਲ 7 ਵਜੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ CM ਉੱਥੇ ਭਾਸ਼ਣ ਦੇ ਰਿਹਾ ਹੈ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਰੋਕਣ ਦੀ। ਜੇ ਉਹਨਾਂ ਨੇ ਨਹੀਂ ਰੋਕਿਆ ਤਾਂ ਉਹਨਾਂ ਦੀ ਮਿਲੀ ਭੁਗਤ ਹੈ ਪੁਲਿਸ ਅਧਿਕਾਰੀਆਂ ਦੇ ਖਿਲਾਫ਼, ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਅਤੇ CM ਚੰਨੀ ਦੇ ਸਾਹਿਬ ਦੇ ਖੁਦ ਦੇ ਖਿਲਾਫ਼ ਇੱਕ ਪਰਚਾ ਦਰਜ ਹੋਣਾ ਚਾਹੀਦਾ। ਅੱਜ ਜਲੰਧਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪ੍ਰਵਾਸੀਆਂ ਦੇ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਹ ਪੁਤਲਾ ਫੂਕ ਪ੍ਰਦਰਸ਼ਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬੀਤੇ ਦਿਨੀ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਉਸਦੇ ਖਿਲਾਫ਼ ਕੀਤਾ ਗਿਆ, ਜਿਸ 'ਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਨੇ UP ਬਿਹਾਰ ਦੇ ਲੋਕਾਂ ਤੋਂ ਸ਼ਬਦਾਵਲੀ ਵਰਤੀ ਹੈ ਉਹ ਨਿੰਦਣਯੋਗ ਹੈ, ਜਿਸ ਦਾ ਖਾਮਿਆਜ਼ਾ ਉਹਨਾਂ ਨੂੰ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਵਿੱਚ ਭੁਗਤਣਾ ਪਵੇਗਾ। ऐसे लफ्ज कहने वाले को मुख्यमंत्री अगर आप बनाओगे ना, आप खुद चले जाओगे, इंडिया से चले गए हो, अब जो बारी है वो भी गई, जो पंजाब बचा अब आपके पास कुछ हाथ में है नहीं, यही कुछ अब जैसे चुनाव है परसों वोट डालेंगे आप चन्नी के कांग्रेस को, कभी नहीं हो सकता है। कांग्रेस को कांग्रेस का तो नाम ही नहीं लेंगे हम, मुंह पे नाम नहीं लेंगे। हमारे बिहार वाले कोई साथ देने वाला बीजेपी है,
योगी और मोदी। नहीं चन्नी के इस बयान के बाद उनको वोट डालेंगे आप? नहीं कभी नहीं, बहुत गलत नाम नहीं मुंह पे लेंगे, वोट का तो बात दूर है। हमारा एक ही बिहार साथ देने वाला खाली हमारा योगी और भारतीय जनता। प्रदर्शन क्यों कर दे रहे हैं, की कारण है थोड़ा प्रदर्शन? ये सर असी इस करके अज सारे भरा इकट्ठे हुए हैं क्योंकि जेड़ा अपने चन्नी जी ने एक बयान दिता है कि यूपी बिहार वाले भइए सारे नठा देने हैं पंजाब तो, उस करके अपना इकट्ठे हुए। क्यों नठा देने हैं? क्योंकि यूपी बिहार करके पंजाब बनया। असी कोई किसी अलग स्टेट से रह रहे, कोई अलग देश से रह रहे हैं, असी एक ही स्टेट के बंदे हैं। तो यह बयान का कोई तुक नहीं बनता। और जी प्रियंका गांधी वो खड़े होकर हाथ च तालियां बजा रही थी और दंद कट रही थी, वो कहती है कि मैं बिहार की तो यूपी की बेटी हाँ। नगोदर भी श्रोमणी अकाली दल ते बसपा के उम्मीदवार गुरप्रताप सिंह बटाला के हक में विदेशों तो आए NRI भरावान ने चोन प्रचार किया। इस मौके कमलजीत सिंह कंग ने जानकारी देते हुए दसा कि गुरप्रताप एक नेक ते बेदाग इंसान हैं, इसे करके वोटा मंगन लई आए हैं। मैं ये कहना चाहता जी आप इस साल अकाली दल ते बसपा की सरकार बनाइए क्योंकि साडे पंजाब का विकास हो सके। अगे चार साल पंजा साल एक भी विकास नहीं होया कांग्रेस सरकार को, इस करके आप चेंज चाहते हैं। सारे निवासियों सारे नगर निवासियों मैं बेनती करदा, सारे NRI भरा जिहड़े बाहर भी बैठे आ उन्होंने भी बेनती करदा भी फोन लाओ अपने पिंडों पिंडी जिन्हें भी तुहाडे रिश्तेदार आ पिंड दे विच सेल हैगे आ, सारिआं नूं कहो कि वोट तकड़ी नूं पाउण, सरदार गुरप्रताप साहिब बडाला नूं कामयाब करिए जी। संघ साहब एक देखण जा रहा सीगा पहला NRI जिहड़ा हैगा 2017 दे विच जिहड़ा झाड़ू सीगा जी, जेकर आम आदमी पार्टी की गल करिए उधर नूं बड़ा झकाल सीगा, इस बार किस तरह का झुकाव है? देखो जी साढ़े पिछलियां इलैक्शन NRI भरा जिन्हें भी सारे वर्ल्ड के बहुत झाड़ू वाल से, पर कुछ कारण करके कुछ इन्हों इंटीरियर प्रॉब्लम करके सारे झाड़ू तो पिछे हो गए तो श्रोमणी अकाली दल के नाल ज्वाइंट हो गए। जिवें कि हुण इन्होंने भगवंत मान CM का चेहरा लाया आम आदमी पार्टी, नहीं मैनू नहीं लगता, मैं जिन्हें भी पिंड जिले गए असी जिन्हें NRI भरा उन्होंने किसी ने भी झाड़ू नू हिमायत नहीं दिती, श्रोमणी अकाली दल नू हिमायत दिती है। मैसेज यही है जी सारे जिन्हें भी साढ़े बाहर बैठे भरा जिन्हें भी साढ़े नगर के आ एरिए सारे बेनती करना जी सरदार गुरप्रताप सिंह बड़ाला 20 तरीक न मोहर ला के 10 तरीक नू अपना खुशियां मनाईए तो लड्डू वंडिए जी। ਅਸੀਂ ਜੀ ਮੇਰਾ ਖਿਆਲ 20-25 NRI ਆ, ਸਾਰਿਆਂ ਨੇ ਆਪਣਾ ਆਪਣਾ ਪਿੰਡ ਸਾਂਭਿਆ ਹੋਇਆ, ਕਾਫੀ ਅਸੀਂ NRI ਭਰਾ ਇੱਕੋ ਫਲਾਈਟ ਦੇ ਵਿੱਚ ਆਏ ਹਾਂ, ਜੇ ਹੁਣ ਮੈਂ ਨਾਂ ਲੈਣਾ ਤਾਂ ਬਹੁਤ ਲੰਮਾ ਹੋ ਜੂਗਾ ਜੀ, ਸਾਰੇ ਅਸੀਂ ਆਪਣੇ ਆਪਣੇ ਪਿੰਡ ਦੇ ਵਿੱਚ ਬੈਠ ਕੇ ਅਸੀਂ ਆਪਣੇ ਆਪਣੇ ਭਰਾਵਾਂ ਦੀ ਜਿਹਨਾਂ ਮਾੜੀ ਮੋਟੀ ਗੁੱਸੇ ਨਾਰਾਜ਼ਗੀ ਅਸੀਂ ਉਹਨਾਂ ਦੇ ਮਿੰਤਾਲਾ ਕਰਕੇ ਉਹਨਾਂ ਨੂੰ ਵੀ ਮਨਾ ਕੇ ਨਾਲ ਤੋਰ ਲਿਆ ਜੀ। ਜਿਵੇਂ ਕਿ ਹੁਣ ਕਿਸਾਨਾਂ ਵੱਲੋਂ ਵੀ ਇੱਕ ਪਾਰਟੀ ਬਣਾਈ ਗਈ ਆ, ਕੀ ਲੱਗਦਾ ਕਿ ਕਿਸਾਨ ਵੀ ਜਿਹੜੇ ਹੈਗੇ ਆ ਪਾਰਟੀ ਬਣਾ ਕੇ ਜਿਹੜਾ ਹੈਗਾ ਜਿੱਤ ਸਕਣਗੇ? ਮੈਨੂੰ ਲੱਗਦਾ ਨਹੀਂ ਜੀ, ਪਰ ਮੈਂ ਉਹਨਾਂ ਬਾਰੇ ਕੁਝ ਬੋਲ ਨਹੀਂ ਸਕਦਾ, ਕਿਸਾਨ ਵੀ ਸਾਡੇ ਆਪਣੇ ਵੀਰ ਆ, ਅਸੀਂ ਆਪਣਾ ਜ਼ੋਰ ਲਾਉਣਾ ਜੀ, ਉਹਨਾਂ ਨੇ ਆਪਣਾ ਜ਼ੋਰ ਲਾਉਣਾ। ਕਿਉਂਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਇਲੈਕਸ਼ਨ ਨਹੀਂ ਲੜੇ ਜਾਣਗੇ, ਪਰ ਆ ਕੇ ਬਾਅਦ ਚ ਇਲੈਕਸ਼ਨਾਂ ਦੇ ਸਮੇਂ ਜਿਹੜਾ ਇਲੈਕਸ਼ਨ ਅਨਾਊਂਸ ਕਰ ਦਿੱਤੇ ਗਏ, ਕੀ ਕਹਿਣਾ ਚਾਹੋਗੇ? ਇਹ ਜੀ ਹੀਰੋ ਤੋਂ ਜ਼ੀਰੋ ਬਣਨ ਵਾਲੀ ਗੱਲ ਹੋ ਜਾਂਦੀ ਹੈ ਜੀ, ਜੇ ਕਿਸਾਨ ਨਾ ਇਲੈਕਸ਼ਨ ਲੜਦੇ ਤੇ ਅੱਜ ਉਹ ਹੀਰੋ ਸੀ, ਜੇ ਹੁਣ ਕੱਲ ਨੂੰ ਉਹਨਾਂ ਦੀਆਂ ਜਵਾਨਤਾ ਜ਼ਬਤ ਹੋ ਜਾਂਦੀਆਂ ਤੇ ਉਹ ਜ਼ੀਰੋ ਆ ਜੀ। ਹਾਂਜੀ ਭਾਜੀ ਕੀ ਨਾਮ ਜੀ? ਮੇਰਾ ਨਾਮ ਗੁਰਿੰਦਰ ਸਿੰਘ ਜੀ। ਭਾਜੀ ਅੱਜ ਇੱਕ ਜਿਹੜਾ ਤੁਸੀਂ ਇੱਕ ਡੋਰ ਟੂ ਡੋਰ ਪ੍ਰਚਾਰ ਕੀਤਾ ਹੈਗਾ ਬਡਾਲਾ ਸਾਹਿਬ ਦਾ, ਕੀ ਕਹਿਣਾ ਚਾਹੋਗੇ? ਦੇਖੋ ਜੀ ਜੋ ਬਡਾਲਾ ਸਾਹਿਬ ਦੀ ਪਰਸਨੈਲਿਟੀ ਆ ਜੀ ਸਾਰੇ ਜਾਣਦੇ ਹਨ, ਨਕੋਦਰ ਵਾਸੀ ਉਹਨਾਂ ਨੇ ਨਕੋਦਰ ਵਾਸਤੇ ਕੀ ਕੀਤਾ ਵਾ, ਇੱਕ ਬੇਦਾਗ ਇਮਾਨਦਾਰ ਸ਼ਖਸੀਅਤ ਆ ਜੀ, ਅਤੇ ਉਹਦੇ ਅਸੀਂ ਸਿਲਸਿਲੇ 'ਚ ਡੋਰ ਟੂ ਡੋਰ ਕੀਤਾ ਜੀ, ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਜੀ ਪਿੰਡ 'ਚ, ਸਾਡੇ ਉੱਗੀ ਅੱਡੇ 'ਚ ਲੋਕਾਂ ਦਾ ਜਨ ਸਲਾਹ ਪਿਆ ਜੀ ਉਹਨਾਂ ਦੇ ਹੱਕ 'ਚ। ਕੀ ਲੱਗਦਾ ਕਿ ਤੁਹਾਡੇ ਪਿੰਡ ਦਾ ਪੂਰਾ ਵਿਕਾਸ ਹੋਇਆ? ਦੇਖੋ ਜੀ ਮੈਂ ਸਾਬਕਾ ਸਰਪੰਚ ਆ ਜੀ ਉੱਗੀ ਦਾ ਜੀ, ਇਸ ਤੋਂ ਪਹਿਲਾਂ ਮੇਰੀ ਟਰਮ ਸੀ ਜੀ, ਸਾਨੂੰ ਜੀ ਬਹੁਤ ਗਰਾਂਟਾਂ ਦਿੱਤੀਆਂ ਬਡਾਲਾ ਸਾਹਿਬ ਨੇ, ਸਾਡੇ ਪਿੰਡ ਉੱਗੀ ਸੰਦਰਸ਼ਨ ਵੀ ਹੋਇਆ ਸੀ, ਬਾਦਲ ਸਾਹਿਬ ਆਏ ਸੀ, ਅਸੀਂ ਬਹੁਤ ਪੈਸਾ ਲਾਇਆ ਜੀ, ਪਾਣੀ ਦੀ ਟੈਂਕੀ ਅਸੀਂ ਸ਼ੁਰੂਆਤ ਕੀਤੀ ਹੈ ਜੀ, ਨੀਲੇ ਕਾਟਾਂ ਦੀ ਗੱਲ ਲੈ ਲਓ ਜੀ, ਗਲੀਆਂ ਨਾਲੀ ਦੀ ਗੱਲ ਲੈ ਲਓ ਜੀ, ਸਕੂਲ ਦੀ ਲੈ ਲਓ ਜੀ, ਹਰੇਕ ਫੀਲਡ 'ਚ ਅਸੀਂ ਡਿਵੈਲਪਮੈਂਟ ਕੀਤੀ ਆਪਣੇ ਪਿੰਡ ਦੀ ਜੀ। ਲੱਗਦਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ 110% ਜੀ, ਲੋਕਾਂ ਨੇ ਦੇਖ ਲਿਆ ਵਾ, ਇਹ ਪੁਰਾਣੀ ਸਰਕਾਰ ਆ ਉਹਨੂੰ ਵੀ ਉਹਨਾਂ ਦੀਆਂ ਨੀਤੀਆਂ ਬਹੁਤ ਮਾਰੂ ਸੀ, ਲੋਕ ਚਾਹੁੰਦੇ ਆ ਕਿ ਸਰਕਾਰ ਆਵੇ ਦੁਬਾਰਾ, ਫਿਰ ਤਰੱਕੀ ਪੰਜਾਬ ਦੀ ਹੋਵੇ, ਪਿੰਡਾਂ ਦੀ ਹੋਵੇ, ਸ਼ਹਿਰਾਂ ਦੀ ਹੋਵੇ। ਬੀਤੇ ਕੁਝ ਦਿਨ ਪਹਿਲਾਂ ਅਗਰਵਾਲ ਹਸਪਤਾਲ ਵਿਖੇ ਇੱਕ ਮਰੀਜ਼ ਨੂੰ ਲੈ ਕੇ ਹੰਗਾਮਾ ਹੋਇਆ ਸੀ, ਜਿੱਥੇ ਕਿ ਮਰੀਜ਼ ਮੋਹਨ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਗਰਵਾਲ ਹਸਪਤਾਲ ਤੇ ਇਲਜ਼ਾਮ ਲਗਾਏ ਸਨ ਕਿ ਉਹਨਾਂ ਨੇ ਮੋਹਨ ਸਿੰਘ ਨੂੰ
ਇੱਥੇ ਅਗਰਵਾਲ ਹਸਪਤਾਲ ਦਾਖਲ ਕਰਵਾਇਆ ਸੀ ਕਿ ਉਹਨਾਂ ਨੂੰ ਲੀਵਰ ਦੀ ਸਮੱਸਿਆ ਸੀ ਤਾਂ ਅਗਰਵਾਲ ਹਸਪਤਾਲ ਦੇ ਡਾਕਟਰ ਮਨੀਸ਼ ਅਗਰਵਾਲ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਲੀਵਰ ਦੇ ਮਾਹਿਰ ਡਾਕਟਰ ਹਨ ਅਤੇ ਉਹਨਾਂ ਦੀ ਇਸ ਤਕਲੀਫ ਨੂੰ ਉਹ ਦੂਰ ਕਰ ਦੇਣਗੇ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਵੀ ਉਹ ਲੈ ਰਹੇ ਹਨ ਲੇਕਿਨ ਕੁਝ ਦਿਨ ਬਾਅਦ ਹੀ ਮਰੀਜ਼ ਦੀ ਹਾਲਤ ਹੋਰ ਖਰਾਬ ਹੋ ਗਈ ਜਿਸ ਤੋਂ ਬਾਅਦ ਉਸਨੂੰ ਰੂਬੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਕਿਡਨੀਆਂ ਖਰਾਬ ਅਤੇ ਨਿਮੋਨੀਆ ਵਰਗੀਆਂ ਬਿਮਾਰੀਆਂ ਉਸ ਵਿੱਚ ਸਾਹਮਣੇ ਆਈਆਂ ਹਨ ਅਤੇ ਮਰੀਜ਼ ਦੀ ਉੱਥੇ ਮੌਤ ਹੋ ਗਈ ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਅਗਰਵਾਲ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਲਜ਼ਾਮ ਵੀ ਉਹਨਾਂ ਦੇ ਉੱਪਰ ਹੀ ਲੱਗ ਰਹੇ ਨੇ ਆਪਣਾ ਕੀ ਨਾਮ ਭਾਈ ਇਲਜ਼ਾਮ ਲੱਗ ਰਹੇ ਨੇ ਅਸੀਂ ਤਾਂ ਕਲੈਰੀਫਾਈ ਕਰਨਾ ਵਾ ਕਿ ਜਿਹੜੇ ਇਲਜ਼ਾਮ ਨੇ ਉਹ ਸੱਚ ਨਾਲ ਝੂਠ ਨੇ ਜੇ ਉਹ ਬਿਆਨ ਨਹੀਂ ਦੇਣਾ ਚਾਹੁੰਦੇ ਕਿਉਂ ਮੈਂ ਮੀਡੀਆ ਨੂੰ ਮਿਲਣਾ ਨਹੀਂ ਚਾਹੁੰਦੇ ਉਹ ਜੇ ਨਹੀਂ ਵੀ ਮਿਲਣਾ ਚਾਹੁੰਦੇ ਮੀਡੀਆ ਨੂੰ ਮਿਲਣਾ ਦੇਣਾ ਚਾਹੁੰਦੇ ਜਾਂ ਨਹੀਂ ਨਹੀਂ ਮਿਲਣਾ ਚਾਹੁੰਦੇ ਮਤਲਬ ਕਹਿੰਦਾ ਮਤਲਬ ਮੀਡੀਆ ਨਹੀਂ ਮਿਲਣਾ ਚਾਹੁੰਦੇ ਨਾ ਔਰ ਜਦੋਂ ਇਹਨੇ ਨਿਊ ਰੂਬੀ ਰੈਫਰ ਕੀਤਾ ਔਰ ਉਹਨਾਂ ਦੀ ਰਿਪੋਰਟਾਂ ਦੇ ਵਿੱਚ ਹਾਰਟ ਫੇਲ ਕਿਡਨੀਆਂ ਫੇਲ ਬ੍ਰੇਨ ਹੈਮਰਿੰਗ ਹੋ ਚੁੱਕਾ ਸੀਗਾ ਨਮੂਨੀਆ ਡਬਲ ਸਟੇਜ ਤੇ ਸੀਗਾ ਦੇਖਿਓ ਬਖਸ਼ੀ ਡਾਕਟਰ ਨੇ ਲਿਖ ਕੇ ਸਾਨੂੰ ਦੱਸਿਆ ਮੈਂ ਦੋ ਦੀ ਸਮਰੀ ਮੈਂ ਤੁਹਾਨੂੰ ਮੈਂ ਪੁਲਿਸ ਅਫਸਰ ਆ ਮੈਨੂੰ ਪੂਰਾ ਡਾਕਟਰ ਮੈਂ ਸੀਐਮਓ ਸਾਹਿਬ ਕੋਲ ਲਵਾਂਗਾ ਜੀ ਠੀਕ ਹੈ ਤੁਸੀਂ ਸਾਰਾ ਰਿਕਾਰਡ ਦਿਓ ਸਵੇਰੇ ਮੇਰੇ ਨਾਲ ਚੱਲੋ ਮੈਂ ਕਾਰਵਾਈ ਦੀ ਮੰਗ ਕਰ ਰਹੇ ਸੀ ਕਿਉਂ ਨਹੀਂ ਕੀਤੀ ਗਈ ਕੋਈ ਮੈਂ ਤੁਹਾਨੂੰ ਦੱਸ ਜੀ ਸਰ ਇਹਨਾਂ ਪਹਿਲੇ ਉਹਦੇ ਇੱਕ ਦਿਨ ਧਰਨਾ ਦਿੱਤਾ ਸਾਨੂੰ ਕੰਪਲੇਂਟ ਦਿੱਤੀ ਸੀ ਜੀ ਸਰ ਠੀਕ ਹੈ ਜੀ ਵਿਅਕਤੀ ਕਮੇਟੀ ਤੇ ਵੀ ਡਾਕਟਰ ਸਾਹਿਬ ਨੇ ਸਾਡੇ ਠੀਕ ਹੈ ਜੀ ਜੀ ਸਰ ਦੂਜੇ ਦਿਨ ਉਹ ਮਰੀਜ਼ ਦੀ ਡੈਥ ਹੋ ਗਈ ਉਹ ਹਸਪਤਾਲ ਜੀ ਸਰ ਇਹਨਾਂ ਕਿ ਮੈਂ ਅਸੀਂ ਇਹਨਾਂ ਕੋਲ ਪੋਸਟਮਾਰਟਮ ਨਹੀਂ ਕਰਾਇਆ ਕਿਉਂ ਦੇ ਰਹੇ ਹੋ ਸਰ ਠੀਕ ਹੈ ਇਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਤੇ ਪੋਸਟਮਾਰਟਮ ਨਹੀਂ ਕਰਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਂਦੇ ਵੀ ਡਾਕਟਰ ਨੇ ਸਾਨੂੰ ਆਹ ਲਿਖ ਕੇ ਦਿੱਤਾ ਸੀ ਮਰੀਜ਼ ਦੀ ਡੈਥ ਹੋ ਗਈ ਆ ਮੈਂ ਇਹਨਾਂ ਨੂੰ ਕਿਹਾ ਵੀ ਇਸ ਵਿੱਚ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਦੀ ਰੂਲਿੰਗ ਹੈ ਜਦੋਂ ਕੋਈ ਡਾਕਟਰ ਖਿਲਾਫ਼ ਕਾਰਵਾਈ ਆ ਅਸੀਂ ਡਾਇਰੈਕਟ ਨਹੀਂ ਕਰ ਸਕਦੇ ਅਸੀਂ ਥਰੂ SMO ਨੂੰ ਸਾਰੀ ਰਿਕਾਰਡ ਭੇਜੀਦਾ ਜੇ ਉਹ ਕਵੇ ਵੀ ਵਾਕਿਆ ਲਾਪਰਵਾਹੀ ਆ ਜੋ ਫਿਰ ਹੁੰਦਾ ਵਾ ਇਹਨਾਂ ਭਾਈ ਸਾਹਿਬ ਨੇ ਨਾ ਦੱਸ ਤੱਕ ਮੈਨੂੰ ਕੋਈ ਰਿਕਾਰਡ ਦਿੱਤਾ ਵਾ ਜਿਹੜਾ ਹੋਇਆ ਵਾ ਇੱਥੇ ਇਹਦਾ ਇਲਾਜ ਕਰਾਇਆ ਵਾ ਉਹ 'ਚ ਕੀ ਕਮੀ ਆ ਜਾਂ ਦੂਜਾ ਹਸਪਤਾਲ ਸਰ ਕਿਹਨਾਂ ਵੱਲੋਂ ਸਰ ਤੁਹਾਨੂੰ ਰਿਕਾਰਡ ਨਹੀਂ ਦਿੱਤਾ ਗਿਆ ਕਿਹਨਾਂ ਵੱਲੋਂ ਰਿਕਾਰਡ ਨਹੀਂ ਦਿੱਤਾ ਇਹਨਾਂ ਨੇ ਜਿਹੜੇ ਪਰਿਵਾਰ ਵੱਲੋਂ ਲਾ ਕੇ ਪਿੱਛੇ ਉਹਨਾਂ ਨੇ ਲੜਕੇ ਵੱਲੋਂ ਜਲੰਧਰ ਦੇ ਥਾਣਾ ਚਾਰ ਦੀ ਪੁਲਿਸ ਵੱਲੋਂ ਪੱਕਾ ਬਾਗ ਵਿਖੇ ਇੱਕ ਘਰ ਵਿੱਚ ਰੇਡ ਕਰਕੇ ਘਰ ਵਿੱਚੋਂ ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਐਕਟ ਵਿਭਾਗ ਦੇ ਅਧਿਕਾਰੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਇੱਥੇ ਪੱਕਾ ਬਾਗ ਸਵਾਮੀ ਨਾਮਕ ਵਿਅਕਤੀ ਦੇ ਘਰ ਵਿਖੇ ਰੇਡ ਕੀਤੀ ਗਈ ਹੈ ਜਿੱਥੇ ਕਿ ਉਹਨਾਂ ਨੂੰ ਮਾਸਟਰ ਮੂਵਮੈਂਟ ਦੀਆਂ 7 ਪੇਟੀਆਂ ਬਰਾਮਦ ਹੋਈਆਂ ਹਨ ਉਹਨਾਂ ਕਿਹਾ ਹੈ ਕਿ ਫਿਲਹਾਲ ਇਸ ਘਰ ਦਾ ਮਾਲਕ ਘਰੇ ਨਹੀਂ ਹੈ ਤੇ ਇੱਕ ਮਹਿਲਾ ਹੈ ਅਤੇ ਉਹ ਉਹਨਾਂ ਵੱਲੋਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਹਾਂਜੀ ਸਰ ਜਿਹੜੇ ਸ਼ਰਾਬ ਫੜੀ ਗਈ ਮਹੱਲੇ 'ਚ ਕੀ ਮਾਮਲਾ ਕੀ ਸੀਗਾ ਜਿਹੜੀ ਇਹ ਸ਼ਰਾਬ ਹੈ ਇਹ ਡਿਵੀਜ਼ਨ ਨੰਬਰ 4 ਨੂੰ ਵੀ ਪਤਾ ਹੈ ਕਿ ਇੱਥੇ ਸ਼ਰਾਬ ਦਾ ਕੰਮ ਚੱਲਦਾ ਇਸ ਬੰਦੇ ਦਾ ਔਰ ਇਹ ਬਹੁਤ ਪੁਰਾਣਾ ਸ਼ਰਾਬ ਦਾ ਕੰਮ ਕਰਦਾ ਔਰ ਇਹ ਆਪਣੀਆਂ 3-4 ਪੇਟੀਆਂ ਮਤਲਬ ਕਿ ਵੇਚਦਾ ਇਹ ਆਪਣਾ ਘਰ ਦਾ ਗੁਜ਼ਾਰਾ ਕਰਦਾ ਹੋਰ ਇਹਦਾ ਕੰਮ ਕੋਈ ਨਹੀਂ ਹੈਗਾ ਸਿਰਫ ਸ਼ਰਾਬ ਦੇ ਸਿਰ 'ਤੇ ਇਹਦਾ ਗੁਜ਼ਾਰਾ ਹੈ ਔਰ ਇਹ ਜਿਹੜੇ ਇੱਥੋਂ ਕੋਈ ਹੋਰ ਬੰਦੇ ਆਏ ਸੀ ਉਹ ਇਲਜ਼ਾਮ ਲਾਉਂਦੇ ਪਏ ਸੀ ਕਿ ਇਹ ਕਾਂਗਰਸ ਦੀ ਸ਼ਰਾਬ ਹੈ ਇਹ ਕਾਂਗਰਸ ਦੇ ਇੱਥੇ ਝੰਡੇ ਪਏ ਆ ਝੰਡੇ ਦਾ ਅੱਜ ਕੱਲ੍ਹ ਹਰ ਘਰ 'ਚ ਝੰਡਾ ਪਿਆ ਹਰ ਘਰ 'ਚ ਪੋਸਟਰ ਲੱਗਾ ਹੋਇਆ ਹਰ ਘਰ 'ਚ ਬੈਨਰ ਲੱਗਾ ਹੋਇਆ ਇਹ ਕਿਸ ਤਰ੍ਹਾਂ ਕੋਈ ਇਲਜ਼ਾਮ ਲਾ ਸਕਦਾ ਕਿ ਇਹ ਕਾਂਗਰਸ ਦੀ ਸ਼ਰਾਬ ਆ ਔਰ ਕਾਂਗਰਸ ਦਾ ਝੰਡਾ ਹੈ ਇਸ ਕਰਕੇ ਕਿਹਦੇ ਘਰ ਰੇਡ ਹੋਈ ਹੈ ਸਰ ਇਹ ਘਰ ਹੋਈ ਹੈ ਜੀ ਸਵਾਮੀ ਦਾ ਜੀ ਸਵਾਮੀ ਦਾ ਕੰਮ ਹੀ ਸ਼ਰਾਬ ਦਾ ਕਿਸੇ ਨੂੰ ਮਹੱਲੇ ਓਂਕਾਰੀ ਕਰਕੇ ਪੁੱਛਿਆ ਜਾਏ ਕਿਸੇ ਨੂੰ ਵੀ ਪਹਿਲਾ ਨੰਬਰ ਤਾਂ ਡਿਵੀਜ਼ਨ ਨੰਬਰ 4 ਦੇ ਇੰਨੇ ਪਰਚੇ ਹੋਣੇ ਆ ਇਹਦੇ 'ਤੇ ਘੱਟ ਤੋਂ ਘੱਟ ਕਿ 10 ਪਰਚੇ ਹੋਣੇ ਆ ਸ਼ਰਾਬ ਦੇ ਇਸ ਬੰਦੇ ਦੇ ਔਰ ਕਿਸੇ ਨੂੰ ਵੀ ਜਾ ਕੇ ਮਹੱਲੇਦਾਰੀ 'ਚ ਪੁੱਛ ਸਕਦੇ ਸ਼ਰਾਬ ਕਿਹਦੀ ਹੈ ਇਹ ਸਵਾਮੀ ਦੀ ਸ਼ਰਾਬ ਹੈ ਔਰ ਸਾਨੂੰ ਇਸ ਤਰ੍ਹਾਂ ਅਸੀਂ ਇਹੋ ਹੀ ਕਹਿੰਦੇ ਹਾਂ ਕਿ ਕਾਂਗਰਸ ਨੂੰ ਬਦਨਾਮ ਨਾ ਕੀਤਾ ਜਾਏ ਇੱਕ ਸ਼ਰੀਫ ਬੰਦੇ ਨੂੰ ਕਿਉਂ ਬਦਨਾਮ ਕਰਨਾ ਆਪਾਂ ਇਸ ਕਰਕੇ ਅਸੀਂ ਤਾਂ ਸਾਡਾ ਰੋਸ ਇਸ ਕਰਕੇ ਸੀਗਾ ਕਿ ਸਾਨੂੰ ਵੀ ਆਉਂਦਾ ਕਿ ਜਿਹੜਾ ਇੱਕ ਬੰਦਾ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ ਜਾਂ ਸ਼ਰਾਬ ਨੂੰ ਦੇਖਦਾ ਨਹੀਂ ਕੋਈ ਉਹਦਾ ਨਾਂ ਕਿਉਂ ਲਿੱਤਾ ਜਾਂਦਾ ਹੈ ਕਿ ਜਾਂ ਮਹੱਲੇ 'ਚ ਕਾਂਗਰਸ ਨੂੰ ਕੋਈ ਦੱਸਦੇ ਕਿ ਕਾਂਗਰਸ ਵਾਲਾ ਕੋਈ ਸ਼ਰਾਬ ਵੰਡ ਰਿਹਾ ਆਹ ਤਾਂ ਤੇ ਕੋਈ ਗੱਲ ਕਰੀਏ ਜੇ ਕੋਈ ਇਹਦੇ ਘਰ ਝੰਡਾ ਪਿਆ ਉਹਦੇ ਝੰਡੇ ਦੇ ਪ੍ਰੂਫ 'ਤੇ ਕੋਈ ਨਹੀਂ ਕਹਿ ਸਕਦਾ ਕਿ ਇਹ ਸ਼ਰਾਬ ਕਾਂਗਰਸ ਦੀ ਹੈ ਇਸ ਕਰਕੇ ਸਾਡਾ ਰੋਸ ਸੀਗਾ ਜ਼ਿਆਦਾ ਵਿਧਾਨ ਸਭਾ ਹਲਕਾ ਧੂਰੀ 107 ਪੋਲਿੰਗ ਬੂਥਾਂ ਲਈ ਚੋਣ ਦਫ਼ਤਰ ਵੱਲੋਂ ਅਲੱਗ ਅਲੱਗ ਟੀਮਾਂ ਨੂੰ EVM ਮਸ਼ੀਨਾਂ ਅਤੇ ਹੋਰ ਸਮੱਗਰੀ ਦੇ ਕੇ ਰਵਾਨਾ ਕੀਤਾ ਜਾ ਰਿਹਾ ਹੈ ਅਤੇ ਚੋਣ ਦਫ਼ਤਰ ਨੂੰ ਫੁੱਲਾਂ ਨਾਲ ਇੱਕ ਵਿਆਹ ਦੀ ਤਰ੍ਹਾਂ ਸਜਾਇਆ ਗਿਆ ਹੈ ਹਲਕੇ ਦੇ ਚੋਣ ਅਫਸਰ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਹਲਕੇ ਵਿੱਚ 190 ਪੋਲਿੰਗ ਬੂਥ ਹਨ ਜਿਨ੍ਹਾਂ ਵਿੱਚ 7 ਮਾਡਲ ਅਤੇ 7
पिंक बूथ बनाए गए हैं। उन्होंने लोगों को अपील की है कि अमन शांति बनाए रखन ते प्रशासन वालों पूरे इंतजाम किए गए हैं। वोटरों को किसी भी तरह की कोई मुश्किल नहीं आने दी जाएगी। स्टाफ का डिस्परसल आज पांच सेंटर्स तो संगरूर जिले के हो रहा है। अपना धूरी के डिस्परसल सेंटर से खड़े है बर्डवाल कॉलेज के, इस तरह संगरूर तो दिड़बा का डिस्परसल सेंटर जो रणबीर कॉलेज के बनाया। सुनाम हल्के का डिस्परसल सेंटर जो आई टी आई सुनाम के बनाया। लहरे हल्के का बाबा हीरा सिंह भटली इंजीनियरिंग कॉलेज के बनया हुआ। तो पार्टियां पहुँच जाएगी दोपहर बाद आपके पोलिंग स्टेशन से, तो सारे ही पोलिंग स्टेशन से ऐतकी वैबकास्टिंग हो रही है, मतलब वह लाइव स्ट्रीमिंग असी डिस्ट्रिक्ट लैवल से स्टेट लैवल से देख सकते हैं हर एक बूथ। अधिकारियों पूरी तौर पर निरपक्ष होकर फ्री एंड फेयर चोणा कराने के सारे वालों आदेश है। ईसीआई की डायरेक्शन के मुताबिक ही पीसफुल इलेक्शन कराने वास्ते सारे वचनबद्ध है। पैरामिलिट्री फोर्स के अधिकारी बुलाए ने, कि पार्टियां मरी ने, कितनी टुकड़े मरी? टोटल जिले के 593 लोकेशन हैगी, 1006 बूथ हैगी, 287 असी पैरामिलिट्री फोर्सिस लगाई है। लोगों को क्या संदेश है सर आपकी तरफ से? सारे संगरूर वासियों मैं अपील करदा कि आप दे वोट का ज़्यादा तो ज़्यादा इस्तेमाल करके वो भारतीय लोकतंत्र को मजबूत करन। प्रबंध साढ़े टोटल 110 लोकेशन ने 199 बूथ ने, जिन्हां ते असी प्रॉपर नॉर्म मुताबक ड्यूटी लाई हुई है। ये तो अलावा असी 9 पेट्रोलिंग पार्टी लाइया हुई ने, 2 DSP लगे हुए ने, मेरे नाल एक मैडम ने, तो 2 साढ़े SHO हो गए, 2 चौंकी इंचार्ज हो गए। पूरे मतलब प्रॉपर असी प्रबंध किए हुए हैं, बिल्कुल अमन शांति नाल वोटां असी कंप्लीट करावांगे। पैरामिलिट्री दी किन्नियां टुकड़ियां इत्थे आई हुई ने, किन्ने जवान ने? पैरामिलिट्री दियां 4 कंपनियां साढ़े कोले आईया हुई, जिन्हां च 85 हरेक कंपनी च जवान ने, तो वह भी सारे असी ड्यूटी ते लाए। विधानसभा हलका राजपुरा के 201 पोलिंग बूथां उत्ते पोलिंग पार्टियां की तैनाती नूं लैके मिनी सकत्तरेत विखे की जा रही मीटिंग। SDM चोण अधिकारी राजपुरा का कहना है कि पोलिंग बूथां उत्ते तैनात किए जा रहे हैं, तो पोलिंग एजेंटा दे रहन अते खान पीण का भी पूरा इंतजाम किया गया है। पोलिंग एजेंटा की रवानगी मिनी सकत्तरेत ते JPS फिटड बसा राही पोलिंग बूथों वल की जाएगी। सर साढ़े जिहड़े राजपुरा हल्के 201 जिहड़े ने पोलिंग स्टेशन ने, उन्होंने साढ़े को 242 जिहड़ी हैं पार्टियां वो आ चुकियां ने। इन्हां नूं हुण असीं समान दे के अपने अपने बूथां ते तोड़ना है, तो सारियां पार्टियां दे विच बड़ा उत्साह है, तो इन्हां नूं बैठने दे बड़े इंतजाम किए हुए ने। इन्हां दे रहने खाने पीने के सारे इंतजाम मुकम्मल किए जा चुके ने। यह एक GPS फिटड बस के ही जाएंगे विद सिक्योरिटी, क्योंकि इन्हां नाल EVM मशीनस ने, तो किसी भी तरह की जिहड़ी हैगी एक असी जिहड़ा इस वारी पार्टी तोड़ने का हैगा सिस्टम या चोणों का सारा सिस्टम है, उन्होंने एक त्यौहार की तरह मना रहे हैं। तुम देख रहे कि जिड़ी भी पार्टियां ने पहला सम्मान लिया है उन्होंने असी अपने वालों विशेष तौर पर सम्मानित किया जा रहा है। गल करिए सुरक्षा की, तो कितनी कंपनियां तैनात की गई? सर ये पुलिस का जोड़ा है मामला, पर जेडे मैंने DSP साहब ने मेरी गलबात हुई थी, उन्होंने मैंने दसिया कि जो उन्होंने रिक्वायरमेंट से मुताबिक उन्होंने कोई कंपनियां आ चुकिया ने। जे जे मुलाजमान की तैनाती की जाएगी उन्होंने कोई खास प्रबंध भी किए गए हैं जी? हाँ सर बिल्कुल, उन्होंने जितना हम अज इन्होंने जाके रुकना इन्हों रात रात के खाने का, सवेरे ब्रेकफास्ट, दोपहर के लंच का, तो वापसी से जो ये साढ़े को टीम लैके आन गया उस टाइम भी इन्हों के वास्ते डिनर का प्रोग्राम भी है, अज भी ये लंच करके इतने तो जाएंगे। हल्का निवासियों को खास अपील? मैं तो यही कहूँगा कि जी हर एक ने वोट करनी है, तो सब ने जी है शांति बनाई रखनी है। दोस्तों ये सन साड़ियां अज दियां खास खबरां, नवियां ते ताज़ा खबरां दे नाल तुहाडे सामने फिर तो रूबरू होवांगे। तद तक लई मैनू यानी कि तेजिंदर कौर नूं दिओ इजाजत, रब रखा।